ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇਤਿਹਾਸ ਬਹੁਤ ਜ਼ਿਆਦਾ ਲੰਬਾ ਹੈ, ਇਸ ਕਰਕੇ ਇਹਨੂੰ ਕੁਝ ਰੁਕ ਰੁਕ ਕੇ ਵੀ ਦੱਸਣਾ ਪੈਂਦਾ ਹੈ। ਇਹਨਾਂ ਨੇ ਬਗਲੇ ਭਗਤਾਂ ਨੇ, ਬਾਹੀਆਂ ਮੰਜੀਆਂ ਵਾਲਿਆਂ ਨੇ, ਕੁਰਸੀ ਦੇ ਭੁੱਖਿਆਂ ਨੇ, ਅਕਾਲ ਤਖ਼ਤ ਤੇ ਵੀ ਕਈ ਝੂਠੇ ਪਰਪੰਚ ਰਚੇ ਅਤੇ ਝੂਠੇ ਉੱਥੇ ਸੰਤ ਫਤਿਹ ਸਿੰਘ ਵਰਗਿਆਂ ਨੇ ਝੂਠੇ ਕੁੰਡ ਰੱਖ ਕੇ ਅਤੇ ਮਰ ਮਤ ਰੱਖ ਕੇ ਅਤੇ ਮੁੜ ਕੇ ਚੁੱਪ ਕਰਕੇ ਹੀ ਉੱਠ ਪੈਂਦੇ ਰਹੇ। ਸਿਰਫ ਇਹਨਾਂ ਦੇ ਕੁੰਡ ਕਾਹਦੇ ਸੀ? ਸਿਰਫ ਕੁਰਸੀ ਦੇ ਕੁੰਡ ਸੀ ਜਾਂ ਲਾਲਚ ਦੇ ਕੁੰਡ ਸੀ। ਉਸ ਦੀ ਬੇਇੱਜ਼ਤੀ ਬਦਨਾਮੀ ਦਾ ਮੁੱਲ ਮਹਾਰਾਜ ਮਿਹਰ ਸੱਚੇ ਪਾਤਸ਼ਾਹ ਮਿਹਰ ਦਰਸ਼ਨ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਨੇ 72 ਦਿਨ ਭੁੱਖੜਤਾ ਰੱਖ ਕੇ ਅਤੇ ਉਹ ਇਹਨਾਂ ਦੇ ਕਾਲਾ ਮੂੰਹ ਜਿਹੜਾ ਹੋਇਆ ਹੈਗਾ ਫਤਿਹ ਸਿੰਘ ਨੇ ਕਰਾਇਆ ਹੈਗਾ, ਉਹਨੂੰ ਉਹਦੇ ਸਮਲੇ ਮੁੱਲ ਪਾ ਕੇ ਆਪਣੀ ਸ਼ਹੀਦੀ ਪਾਈ। ਇੱਥੋਂ ਤੱਕ ਕਿ ਇਹ ਅਕਾਲ ਤਖ਼ਤ ਦੇ ਬਹਿ ਕੇ ਵੀ ਗਦਾਰੀ ਕਰਦੇ ਰਹੇ, ਕਿਉਂਕਿ ਅਕਾਲ ਤਖ਼ਤ ਜਹਿਦਾਰ ਵੀ ਤੁਹਾਨੂੰ ਪਤਾ ਹੀ ਆ ਵਕਾਊ ਆ, ਉਹ ਲਿਫਾਫੇ ਕੱਢੇ ਜਾਂਦੇ ਆ ਅਤੇ ਜਿਹੜੇ ਜਿਹਨਾਂ ਨਾਲ ਸਿੱਖ ਕੌਮ ਨੂੰ ਬਹੁਤ ਨੁਕਸਾਨ ਹੋਇਆ ਅਤੇ ਜਿਹੜੇ ਆਦਮੀ ਜਿਹੜੇ ਯੋਧੇ ਜਿਹੜੇ ਖਾੜਕੂ ਕਹਿੰਦੇ ਸੀ ਸਾਨੂੰ ਕੋਈ ਜਿੰਮਾ ਨਹੀਂ ਖਰੀਦਣ ਵਾਲਾ, ਅਸੀਂ ਕੁਛ ਕਦੀ ਕੋਈ ਸਾਨੂੰ ਜੰਮਿਆ ਨਹੀਂ, ਸਾਨੂੰ ਕੋਈ ਵੀ ਪੁੱਠੇ ਬੰਨ ਲਾਉਣ ਵਾਲਾ, ਉਹ ਸਾਰੇ ਵਿਗ ਗਏ। ਇੱਥੋਂ ਤਾਂ ਵਿਗ ਗਏ ਕਿ ਜਿਨ੍ਹਾਂ ਦੀ ਖਾਤਰ ਮੈਂ ਕਰੋੜਾਂ ਰੁਪਇਆ ਖਰਚੇ ਸਨ ਮੈਤੇ ਚਾਵਲੇ ਵਰਗੇ, ਉਹ ਵੀ ਬਾਲ ਦੇ ਪਿੱਠੂ ਬਣ ਗਏ, ਝੋਈ ਚੁੱਕ ਬਣ ਗਏ ਅਤੇ ਮੇਰਾ ਕਰੋੜਾਂ ਰੁਪਇਆ ਨੁਕਸਾਨ ਕੀਤਾ, ਪਰ ਕੋਈ ਪਰਵਾਹ ਨਹੀਂ। ਗੱਲ ਕਾਹਦੀ? ਸਾਡਾ ਜਿਹੜਾ ਲਾਇਆ ਸੀ ਅਸੀਂ ਤਾਂ ਗੁਰੂ ਪੰਥ ਦੀ ਖਾਤਰ ਲਾਇਆ ਸੀ, ਗੁਰੂ ਗ੍ਰੰਥ ਦੀ ਖਾਤਰ ਲਾਇਆ ਸੀ, ਪਰ ਇਹਨਾਂ ਗਦਾਰਾਂ ਨੇ ਬਹੁਤ ਜ਼ਿਆਦਾ ਆਪਣੀ ਜ਼ਮੀਰ ਵੇਚ ਕੇ ਅਤੇ ਕੁਰਸੀਆਂ ਹਾਸਲ ਕੀਤੀਆਂ। ਫੈਡਰੇਸ਼ਨਾਂ ਜਿੰਨੀਆਂ ਮਰਜ਼ੀ ਸਨ, ਭਾਵੇਂ ਉਹ 'ਚ ਜੰਮੂ ਹੀ ਗਾ ਬਣਿਆ ਫਿਰਦਾ ਅਤੇ ਜਾਂ ਕੋਈ ਫੈਡਰੇਸ਼ਨ ਲਾ ਲਓ, ਕਿੱਡੇ ਵੱਡੇ ਸਾਰੇ ਵੇਗੇ ਇੱਕ ਵੱਡੇ ਹੋਈ, ਇੱਕ ਵੀ ਨਹੀਂ ਬਚਿਆ। ਜੇ ਬਚਿਆ ਦੱਸ ਦੇ ਕੋਈ, ਜੇ ਭਾਈ ਮਨਜੀਤ ਸਿੰਘ ਤਾਂ ਉਹ ਵੀ ਮਿੰਟਾਂ 'ਚ ਵੇਗ ਗਿਆ, ਜੇ ਗੇਲ ਲਈ ਤਾਂ ਉਹ ਕਾਂਗਰਸ ਨਾਲ ਵੇਗ ਗਿਆ, ਉਹ ਕਾਂਗਰਸ ਦਰਬਾਰ ਸਾਹਿਬ ਟਹੌਲੀ ਉਸੇ ਕਾਂਗਰਸ ਦਾ ਮੁੜ ਕੇ ਚਿਮਚਾ ਬਣ ਕੇ ਅਤੇ ਐੱਮ ਐੱਲ ਏ ਬਣ ਗਿਆ ਅਤੇ ਭਾਈ ਮਨਜੀਤ ਸਿੰਘ ਕਿੰਨੀਆਂ ਫੜਾਂ ਮਾਰਦਾ ਹੁੰਦਾ ਸੀ ਮੇਰੇ ਕੋਲ ਵੀ, ਅਤੇ ਉਹ ਵੀ ਵੇਖ ਮਿੰਟੋ ਮਿੰਟੀ ਭੇਡਾਂ ਦਾ, ਉਹਨੂੰ ਭੇਡਾਂ ਦਾ ਅਸੀਂ ਤਾਂ ਭੇਡਾਂ ਖਾਂਗੇ, ਉਹਨੂੰ ਭੇਡਾਂ ਦਾ ਬਣਾ ਤਾ ਚੇਅਰਮੈਨ ਪੰਜਾਬ ਦਾ, ਤੂੰ ਇੰਨੇ ਨਾਲ ਹੀ ਬੜਾ ਬਣ ਗਿਆ ਜੀ, ਮੈਂ ਭੇਡਾਂ ਬਣ ਗਿਆ। ਅਤੇ ਹੁਣ 30 ਸਾਲਾਂ ਬਾਅਦ ਕਰਕੇ ਗਦਾਰੀ ਪੰਥ ਨਾਲ ਅਤੇ ਗੁਰੂ ਗ੍ਰੰਥ ਦੇ ਨਾਲ ਅਤੇ ਅੱਜ ਉਹ ਉਹਨਾਂ ਚਿਮਚਾ ਬਣ ਕੇ ਗੱਲਾਂ ਕਰਦਾ ਅਤੇ ਹੁਣ ਤਾਂ ਮੈਂ ਅਸਤੀਫਾ ਦੇਤਾ। ਹੁਣ ਤੇਰੇ ਅਸਤੀਫਾ ਦੇਣ ਦਾ ਫਾਇਦਾ ਕੀ ਆ? 40 ਸਾਲ ਤੇ ਗਦਾਰੀ ਕੀਤੀ, ਤੂੰ ਅਸਤੀਫਾ ਦੇਣ ਦਾ ਕੀ ਤੈਨੂੰ ਫਾਇਦਾ ਨਿਕਲਿਆ? ਇਸੇ ਤਰ੍ਹਾਂ ਹੀ ਜੋ ਸ਼ਹੀਦੀਆਂ ਪਾਉਂਦੇ ਰਹੇ ਅਤੇ ਜਿਹੜੇ ਗਦਾਰ ਸੀਗੇ, ਜਿਹੜੇ 22 ਮੰਜੀਆਂ ਵਾਲੇ ਸੀ ਜਾਂ ਬਗਲੇ ਭਗਤੀ, ਉਹ ਸਿੱਖਾਂ ਨੂੰ ਮਰਾਉਂਦੇ ਰਹੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ। ਝੂਠੇ ਪੁਲਿਸ ਮੁਕਾਬਲੇ ਕਾਹਦੇ ਸੀਗੇ? ਜਿਹੜਾ ਕੋਈ ਪੈਸਾ ਦੇ ਦਿੰਦਾ ਹੈਗਾ ਉਹਨੂੰ ਛੱਡ ਦਿੰਦੇ ਸੀ, ਜਿਹੜਾ ਨਹੀਂ ਦਿੰਦਾ ਉਹਨੂੰ ਮਾਰ ਦਿੰਦੇ ਸੀ, ਅਤੇ ਨਹੀਂ ਤਾਂ ਹੋਰ ਹੀ ਇਲਾਜ ਹੋ ਜੂਏ ਵੀ ਬੰਦੇ ਮਾਰ ਕੇ ਇਲਾਜ ਹੁੰਦਾ ਵਾ, ਬੰਦੇ ਮਾਰ ਕੇ ਹੀ ਉਹਨੂੰ ਉਹਦਾ ਵੀ ਉਹਨੂੰ ਅੱਤਵਾਦ ਜਾਂ ਕੋਈ ਵਾਦ ਖਤਮ ਹੁੰਦਾ ਵਾ। ਉੱਦਾਂ ਵੀ ਕੋਈ ਕਈ 100 ਤਰੀਕੇ ਹੁੰਦੇ ਆ ਕਿ ਨੌਕਰੀਆਂ ਦੇ ਕੇ ਜਾਂ ਕਿਸੇ ਨੂੰ ਹੋਰ ਤਰੀਕਿਆਂ ਦੇ ਨਾਲ ਉਹਨਾਂ ਨੂੰ ਬਿਠਾਇਆ ਜਾ ਸਕਦਾ ਸੀਗਾ, ਪਰ ਦਰਬਾਰ ਸਾਹਿਬ ਦੇ ਹਮਲਾ ਤਾਂ ਹੀ ਹੋਇਆ ਕਿਉਂਕਿ ਇਹ ਸਰਕਾਰ ਦੀ ਚਾਲ ਸੀਗੀ, ਹਿੰਦੁਸਤਾਨ ਦੀ ਸਰਕਾਰ ਦੀ ਚਾਲ ਸੀ ਕਿ ਸਿੱਖ ਧਰਮ ਨੂੰ, ਸਿੱਖਾਂ ਨੂੰ ਆਪਾਂ ਨੂੰ ਉੱਠਣ ਨਹੀਂ ਦੇਣਾ, ਸਦਾ ਵਾਸਤੇ ਨੇ ਇਹੋ ਡਰਾਉਣਾ ਵਾ ਵੀ ਜੇ ਸਦਾ ਵਾਸਤੇ ਸਾਡੇ ਚਿਮਚੇ ਬਣ ਕੇ ਰਹਿਣ, ਥੱਲੇ ਸਾਡੇ ਨੇਮਕੇ ਰਹਿਣ, ਸਾਡੇ ਗੜੀ ਖੰਘਣ ਨਾ। ਪਰੰਤੂ ਇਹ ਗੁਰੂ ਗੋਬਿੰਦ ਸਿੰਘ ਦਾ
ਖਾਲਸਾ ਵਾ, ਇਹ ਨਾ ਕਿਤੇ ਡਰਦਾ ਵਾ, ਨਾ ਕਿਸੇ ਡਰਾਉਂਦਾ ਵਾ, ਨਾ ਇਹਨੇ ਡਰਨਾ ਸਿੱਖਿਆ ਹੀ ਆ। ਇਸ ਕਰਕੇ ਚਲੋ ਗੁਦਾਰਾਂ ਬਹੁਤ ਗੁਦਾਰੀ ਕੀਤੀ, ਪਰ ਹੁਣ ਆਪਣੀ ਗੁਰੂ ਪੰਥ ਨੂੰ, ਗੁਰੂ ਪੰਥ ਨੂੰ ਅਤੇ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ, ਭਾਵੇਂ ਹਿੰਦੂ ਭਾਵੇਂ ਮੁਸਲਮਾਨ ਭਾਵੇਂ ਇਸਾਈ ਭਾਵੇਂ ਕੋਈ ਨਾ, ਸਾਰੇ ਪੰਜਾਬੀ ਆਪਾਂ ਜਿਹੜੇ ਭਾਈ ਭਾਈ ਹਾਂ, ਹਿੰਦੂ ਮੁਸਲਿਮ ਸਿੱਖ ਇਸਾਈ ਸਭੇ ਭਾਰਤੀ ਭਾਈ ਭਾਈ, ਪਰ ਹੁਣ ਭਾਈ ਭਾਈ ਬਣ ਕੇ ਰਹਾਂਗੇ ਅਤੇ ਆਪਾਂ ਸੁੱਖ ਪਾਵਾਂਗੇ, ਨਹੀਂ ਤਾਂ ਇੱਦਾਂ ਆਪਸ ਵਿੱਚ ਲੜਦੇ ਰਹੇ ਅਤੇ ਸਮਝੋ ਛਿੱਤਰ ਖਾਈ ਜਾਵਾਂਗੇ, ਕਦੀ ਮੋਦੀ ਸਾਨੂੰ ਸਿਦਾਈ ਬਣਾਈ ਜਾਊ, ਕਦੀ ਕੋਈ ਬਣਾਈ ਜਾਊਗਾ। ਇਸ ਕਰਕੇ ਆਪਾਂ ਨੂੰ ਇੱਕ ਹੀ ਲੋੜ ਹੈ। ਇਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਸਿੰਘੋ ਇੱਕ ਮਾਲਾ ਦੇ ਮਣਕੇ ਵਾਂਗੂ ਪਰੋ ਆਪਸ ਵਿੱਚ ਪਰੋਤੇ ਜਾਓ, ਜੇ ਤਾਂ ਸੁੱਖ ਪਾਉਣਾ ਜੇ ਤਾਂ, ਪਰ ਆਪੇ ਮਾਲਾ ਦੇ ਮਣਕਿਆਂ ਦੇ ਕੀ ਪਰਾਉਣਾ ਹੈਗਾ, ਇਹਨਾਂ ਦੇ ਆਪੋ ਆਪਣੇ ਕੁਰਸੀਆਂ ਦੀ ਖਾਤਰ, ਆਪੋ ਇਲਾਜ ਦੀ ਖਾਤਰ, ਆਪੋ ਆਪਣੇ ਸਵਾਰ ਦੀ ਖਾਤਰ, ਆਪਣੀ ਜ਼ਮੀਰ ਨੂੰ ਵੇਚ ਰਿਹਾ ਅਤੇ ਜਿਹੜਾ ਹਾਲਤ ਅੱਜ ਕਿੱਥੋਂ ਤੱਕ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।